ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਡੇਰਾ ਬਾਬਾ ਨਾਨਕ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੀ ਵਿਸ਼ੇਸ਼ ਮੀਟਿੰਗ। ਜਤਿੰਦਰ ਬੇਦੀ ਚੁਣੇ ਗਏ ਡੇਰਾ ਬਾਬਾ ਨਾਨਕ ਤੋਂ ਰਿਪੋਰਟਰ ਐਸੋਸੀਏਸ਼ਨ ਦੇ ਪ੍ਰਧਾਨ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕੋਨ ਵੀ ਦਬਾ ਲਓ। ਅੱਜ ਡੇਰਾ ਬਾਬਾ ਨਾਨਕ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੀ ਵਿਸ਼ੇਸ਼ ਮੀਟਿੰਗ ਵਿਪਨ ਸੋਨੀ ਦੇ ਦਫ਼ਤਰ ਵਿਖੇ ਜ਼ਿਲ੍ਹਾ ਚੇਅਰਮੈਨ ਮਾਸਟਰ ਕਮਲਜੀਤ ਅਤੇ ਜ਼ਿਲ੍ਹਾ ਜਨਰਲ ਸਕੱਤਰ ਮੂਲਰਾਜ ਭੱਟੀ ਦੀ ਅਧਿਅਕਸ਼ਤਾ ਦੇ ਵਿੱਚ ਕੀਤੀ ਗਈ, ਜਿਸ ਵਿੱਚ ਡੇਰਾ ਬਾਬਾ ਨਾਨਕ ਇਲਾਕੇ ਦੇ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੇ ਮੈਂਬਰਾਂ ਦੀ ਸਹਿਮਤੀ ਦੇ ਨਾਲ ਜਤਿੰਦਰ ਬੇਦੀ ਡੇਰਾ ਬਾਬਾ ਨਾਨਕ ਤੋਂ ਰਿਪੋਰਟਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਤੇ ਨਾਲ ਹੀ ਗੁਲਸ਼ਨ ਕੁਮਾਰ ਨੂੰ ਜ਼ਿਲ੍ਹਾ ਕੈਸ਼ੀਅਰ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਵਿਪਨ ਸੋਨੀ ਤੇ ਸੀਨੀਅਰ ਮੈਂਬਰ ਸੰਜੀਵ ਮਹਿਤਾ ਵੀ ਹਾਜ਼ਰ ਸਨ। ਡੇਰਾ ਬਾਬਾ ਨਾਨਕ ਦੇ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰ ਤੇ ਜ਼ਿਲ੍ਹਾ ਪੱਧਰ ਤੋਂ ਵੀ ਅਹੁਦੇਦਾਰ ਸ਼ਾਮਲ ਹੋਏ, ਜਿੱਥੇ ਨਵੇਂ ਚੁਣੇ ਦੋਵੇਂ ਅਹੁਦੇਦਾਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਉੱਥੇ ਹੀ ਇਹਨਾਂ ਅਹੁਦੇਦਾਰਾਂ ਨੇ ਪੰਜਾਬ ਪ੍ਰਧਾਨ ਸੁਰਿੰਦਰ ਸਿੰਘ ਰਾਜਾ ਅਤੇ ਜਨਰਲ ਸਕੱਤਰ ਦੀਪ ਕੁਮਾਰ ਸਿੱਧੂ ਦੇ ਨਾਲ ਨਾਲ ਸਾਰੇ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਜਤਿੰਦਰ ਕੁਮਾਰ ਅਤੇ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ। ਅੱਜ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਡੇਰਾ ਬਾਬਾ ਨਾਨਕ ਵਿੱਚ ਕੀਤੀ ਗਈ, ਜਿਸ ਵਿੱਚ ਜ਼ਿਲ੍ਹਾ ਬਾੜੀ ਦੇ ਜ਼ਿਲ੍ਹਾ ਚੇਅਰਮੈਨ ਮਾਸਟਰ ਕਮਲਜੀਤ ਜੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਮੂਲਰਾਜ ਭੱਟੀ ਜੀ ਦੀ ਅਧਿਅਕਸ਼ਤਾ ਵਿੱਚ ਕੀਤੀ ਗਈ, ਜਿਸ ਵਿੱਚ ਸਾਡੇ ਆਪਣਾ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੇ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਬਾਉਲੀ ਦੇ ਵੱਖ ਵੱਖ ਅਹੁਦੇਦਾਰ ਸ਼ਾਮਲ ਹੋਏ। ਇਸ ਵਿੱਚ ਸਾਡੇ ਡੇਰਾ ਬਾਬਾ ਨਾਨਕ ਤੋਂ ਜਤਿੰਦਰ ਸਿੰਘ ਬੇਦੀ ਜੀ ਨੂੰ ਰਿਪੋਰਟਰ ਐਸੋਸੀਏਸ਼ਨ ਪੰਜਾਬ ਦਾ ਡੇਰਾ ਬਾਬਾ ਨਾਨਕ ਤੋਂ ਪ੍ਰਧਾਨ ਬਣਾਇਆ ਗਿਆ ਅਤੇ ਸਾਡੇ ਗੁਲਸ਼ਨ ਕੁਮਾਰ ਗੁਰੂ ਜੀ ਜਿਹੜੇ ਪਿਛਲੇ ਸਾਲ ਰਿਪੋਰਟਰ ਐਸੋਸੀਏਸ਼ਨ ਜ਼ਿਲ੍ਹਾ ਬਾੜੀ ਦੇ ਕੈਸ਼ੀਅਰ ਸਨ, ਉਹਨਾਂ ਨੂੰ ਰਿਪੋਰਟਰ ਐਸੋਸੀਏਸ਼ਨ ਦਾ ਜ਼ਿਲ੍ਹਾ ਕੈਸ਼ੀਅਰ ਬਣਾਇਆ ਗਿਆ। ਇਸ ਵਿੱਚ ਸਾਡੇ ਜਿਹੜੇ ਸੀਨੀਅਰ ਪੱਤਰਕਾਰ ਨੇ ਸਰਦਾਰ ਆਪਣਾ ਮਾਂਗਟ ਜੀ ਅਤੇ ਸਾਡੇ ਨਾਲ ਹੈਗੇ ਨੇ ਸਾਡੇ ਵੱਡੇ ਪੱਤਰਕਾਰ ਸਤਪਾਲ ਜਗਮੀ ਜੀ, ਸ਼੍ਰੀ ਸੰਜੀਵ ਮਹਿਤਾ ਜੀ, ਇਹ ਰਿਪੋਰਟਰ ਐਸੋਸੀਏਸ਼ਨ ਪੰਜਾਬ ਬਾਡੀ ਦੇ ਨੇ ਸਾਡੇ ਮੈਂਬਰ ਨੇ ਅਤੇ ਇਹਦੇ ਵਿੱਚ ਸਾਡੇ ਵਿਨੋਦ ਸੋਨੀ ਜੀ ਸਾਡੇ ਸਕੱਤਰ ਨੇ, ਸਾਡੇ ਆਪਣਾ ਪ੍ਰੈਸ ਸਕੱਤਰ ਨੇ ਆਪਣੇ ਚੇਤਨ ਕੁਮਾਰ ਜੀ ਅਤੇ ਸੁਨੀਲ ਕੁਮਾਰ ਜੀ, ਬੋਧ ਰਾਜ ਜੀ ਅਤੇ ਹੋਰ ਵੀ ਵੱਖ ਵੱਖ ਪੱਤਰਕਾਰ ਇਸ ਵਿੱਚ ਸ਼ਮੀ ਜੀ ਵੀ ਸ਼ਾਮਲ ਹੋਏ। ਅਤੇ ਮੈਂ ਉਮੀਦ ਕਰਦਾ ਹਾਂ ਕਿ ਅੱਜ ਰਿਪੋਰਟਰ ਐਸੋਸੀਏਸ਼ਨ ਪੰਜਾਬ ਵੱਲੋਂ ਜਿਹੜਾ ਵੀ ਇਹਨਾਂ ਨੂੰ ਜਤਿੰਦਰ ਸਿੰਘ ਬੇਦੀ ਜੀ ਨੂੰ ਡੇਰਾ ਬਾਬਾ ਨਾਨਕ ਪੰਜਾਬ ਦੇ ਜਿਹੜਾ ਇਹਨਾਂ ਨੂੰ ਪ੍ਰਧਾਨਗੀ ਦਿੱਤੀ ਗਈ ਹੈ ਅਤੇ ਗੁਲਸ਼ਨ ਕੁਮਾਰ ਗੁੱਲੂ ਜੀ ਨੂੰ ਇਹ ਆਪਣੀ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਸਮਝਦੇ ਹੋਏ ਅਤੇ ਪੱਤਰਕਾਰਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਇਹ ਆਪਣੀਆਂ ਜੋ ਵੀ ਸੇਵਾਵਾਂ ਵਾ ਰਿਪੋਰਟਰ ਐਸੋਸੀਏਸ਼ਨ ਪੰਜਾਬ ਨੂੰ ਅਤੇ ਪੱਤਰਕਾਰਾਂ ਨੂੰ ਆਪਣੀਆਂ ਜ਼ਰੂਰ ਮੁਹੱਈਆ ਕਰਨਗੇ। ਧੰਨਵਾਦ। ਥੈਂਕ ਯੂ। ਰਿਪੋਰਟਰ ਐਸੋਸੀਏਸ਼ਨ ਪੰਜਾਬ ਵੱਲੋਂ ਜਿਹੜੀ ਮੈਨੂੰ ਡੇਰਾ ਬਾਬਾ ਨਾਨਕ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਮੈਂ ਸਭ ਨਾਲੋਂ ਪਹਿਲਾਂ ਤਾਂ ਇਹਨਾਂ ਸਾਰਿਆਂ ਦਾ ਜਿੰਨੇ ਅਹੁਦੇਦਾਰ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਅਤੇ ਨਾਲ ਹੀ ਆਪਣੇ ਉਹਨਾਂ ਸਾਥੀਆਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਇਸ ਮੀਟਿੰਗ ਦੇ ਵਿੱਚ ਆਏ ਨੇ ਅਤੇ ਜਿਨ੍ਹਾਂ ਨੇ ਇਹਦੇ ਉੱਤੇ ਸਹਿਮਤੀ ਪ੍ਰਗਟ ਕੀਤੀ ਹੈ। ਸਾਡੇ ਪੁਰਾਣੇ ਪੱਤਰਕਾਰ ਇੱਥੋਂ ਦੇ ਸੰਜੀਵ ਜੀ, ਸੋਨੀ ਸਾਹਿਬ, ਜਖਮੀ ਸਾਹਿਬ, ਰਤਨ ਜੀ, ਮਾਂਗੜ ਸਾਹਿਬ, ਮਾਸਟਰ ਕਮਲ ਜੀ ਅਤੇ ਦੂਸਰੇ ਸੋਨੀ ਸਾਹਿਬ ਸਾਹਿਬ ਇਹਨਾਂ ਦਾ ਅਤੇ ਨਾਲ ਹੀ ਮੂਲਰਾਜ ਭੱਟੀ ਜੀ ਦਾ ਇਹਨਾਂ ਦਾ ਵੀ ਧੰਨਵਾਦ ਕਰਨਾ ਅਤੇ ਇਹਨਾਂ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਤਨਦੇਹੀ ਨਾਲ ਜੋ ਇਹਨਾਂ ਨੇ ਮੇਰੇ ਕੋਲੋਂ ਸੋਚਿਆ ਉਹ ਮੈਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂ ਅਤੇ ਫਿਰ ਦੁਬਾਰਾ ਮੈਂ ਪੂਰੀ ਬਾਡੀ ਦਾ ਧੰਨਵਾਦ ਕਰਨਾ। ਸ਼ੁਕਰੀਆ। ਪੰਜਾਬ ਦੀ ਜਿਹੜੀ ਅੱਜ ਮੀਟਿੰਗ ਹੈ ਜਿਸ ਵਿੱਚ ਪ੍ਰਧਾਨ ਡੇਰਾ ਬਾਬਾ ਨਾਨਕ ਤੋਂ ਸ਼੍ਰੀ ਜਤਿੰਦਰ ਬੇਦੀ ਜੀ ਨੂੰ ਬਣਾਇਆ ਗਿਆ ਅਤੇ ਕੈਸ਼ੀਅਰ ਜ਼ਿਲ੍ਹੇ ਦੇ ਜਿਹੜੇ ਗੁਲਸ਼ਨ ਕੁਮਾਰ ਜੀ ਨੂੰ ਬਣਾਇਆ ਗਿਆ, ਮੈਂ ਆਪਣੇ ਵੱਲੋਂ ਅਤੇ ਪੂਰੀ ਟੀਮ ਵੱਲੋਂ ਨਰਿੰਦਰ ਕੁਮਾਰ ਬੱਦਲ ਜੀ ਪਹੁੰਚੇ ਨੇ ਸਾਰਿਆਂ ਵੱਲੋਂ, ਮੈਂ ਪੰਜਾਬ ਬਾੜੀ ਦੇ ਜਿਹੜੇ ਸਾਡੇ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨੇ ਸਰਦਾਰ ਸਿੰਦਰ ਸਿੰਘ ਰਾਜਾ ਜੀ ਅਤੇ ਜਨਰਲ ਸਕੱਤਰ ਰਣਦੀਪ ਕੁਮਾਰ ਸਿੱਧੂ ਜੀ ਨੂੰ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਆਪਣੇ ਵੱਲੋਂ ਪੂਰੀ ਟੀਮ ਵੱਲੋਂ ਬਹੁਤ ਬਹੁਤ ਵਧਾਈ ਦੇਣਾ ਅਤੇ ਉਹ ਵਧਾਈ ਦੇ ਪਾਤਰ ਨੇ ਕਿ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੇ ਪਰਿਵਾਰ ਵਿੱਚ ਅੱਜ ਵਾਧਾ ਹੋਇਆ ਹੈ। ਧੰਨਵਾਦ। ਥੈਂਕ ਯੂ।